ਦੋ ਨੌਜਵਾਨ ਗੁੱਟਾਂ ਦੇ ਵਿਚਕਾਰ ਲੜਾਈ ਝਗੜੇ ਦੀ ਜਿਹੜੀ ਵਾਰਦਾਤ ਸਾਹਮਣੇ ਆਈ ਸੀ, ਅਤੇ ਇਸ ਦੌਰਾਨ ਕੁਛ ਗੋਲੀਆਂ ਜਿਹੜੀਆਂ ਫਾਇਰ ਹੋਣ ਦੇ ਵੀ ਜਿਹੜੀ ਰਿਪੋਰਟ ਹੋਈ ਸੀ। 5 ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅਤੇ ਦੋ ਵੈਪਨ ਜਿਹੜੇ ਵਾਰਦਾਤ ਵਿੱਚ ਇਹਨਾਂ ਵੱਲੋਂ ਵਰਤੇ ਗਏ ਸਨ, ਇੱਕ ਦੇਸੀ ਕੱਟਾ ਅਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਹ ਬਰਾਮਦ ਕਰ ਲਿਆ ਗਿਆ। ਮਿਤੀ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਰਸਨਹੇੜੀ ਥਾਣਾ ਸਦਰ ਖਰੜ ਦੇ ਏਰੀਆ ਦੇ ਵਿੱਚ ਦੋ ਨੌਜਵਾਨ ਗੁੱਟਾਂ ਦੇ ਵਿਚਕਾਰ ਲੜਾਈ ਝਗੜੇ ਦੀ ਜਿਹੜੀ ਵਾਰਦਾਤ ਸਾਹਮਣੇ ਆਈ ਸੀ, ਅਤੇ ਇਸ ਦੌਰਾਨ ਕੁਛ ਗੋਲੀਆਂ ਜਿਹੜੀਆਂ ਫਾਇਰ ਹੋਣ ਦੇ ਵੀ ਜਿਹੜੀ ਰਿਪੋਰਟ ਹੋਈ ਸੀ। ਪੁਲਿਸ ਵੱਲੋਂ ਮੁਕੱਦਮਾ ਨੰਬਰ 225/24 ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਸੀ। ਟੋਟਲ 8 ਜਿਹੜੇ ਨੌਜਵਾਨ ਨੇ ਉਹਨਾਂ ਦੇ ਖਿਲਾਫ ਬਾਈਨੇਮ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ, ਅਤੇ ਵੱਖ ਵੱਖ ਟੀਮਾਂ ਗਠਿਤ ਕਰਕੇ ਬਹੁਤ ਹੀ ਮੁਸਤੈਦੀ ਦੇ ਨਾਲ ਕੁਛ ਘੰਟਿਆਂ ਦੇ ਵਿੱਚ ਹੀ ਜਿਹੜੇ 5 ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅਤੇ ਦੋ ਵੈਪਨ ਜਿਹੜੇ ਵਾਰਦਾਤ ਵਿੱਚ ਇਹਨਾਂ ਵੱਲੋਂ ਵਰਤੇ ਗਏ ਸਨ, ਇੱਕ ਦੇਸੀ ਕੱਟਾ ਅਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਹ ਬਰਾਮਦ ਕਰ ਲਿਆ ਗਿਆ। ਇਸ ਦੇ ਨਾਲ ਹੀ ਜਿਹੜੇ ਬਾਕੀ ਬਚਦੇ 3 ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।